जिस पंजाबी देखते हो इस सारे दर्शकों ने मेरे वालों प्यार भरी सत श्री अकाल तुहाडा स्वागत प्रोग्राम लॉ गाइड लाइव दे विच विद जसप्रीत सिंह अटॉर्नी एट लॉ। हर हफ्ते जिस तरह तुहाडे नाल लाइव जुड़ के तुहानू वख वख अपडेट्स खास करके इमीग्रेशन दे नाल जुड़ी हुई तुहानू प्रोवाइड करे ते अज भी साडे नाल जुड़े हन जसप्रीत सिंह जी। जसप्रीत जी वेलकम टू द प्रोग्राम, सत श्री अकाल। हेलो जसप्रीत जी, हेलो जसप्रीत जी। हाँ जी, हाँ जी, हाँ जी, सत श्रीकाल, वेलकम टू द प्रोग्राम। सत श्रीकाल जी सारे जी, गुड टू हैव यू जसप्रीत जी। आई नो की कहिंदे ये जो माहौल हुण बन रहा है करंट इवेंट्स नूं लैके लीगल तौर पर बहुत कुछ डिवेलप हो रहा है उहदे बारे भी गल करांगे, बट ऑफकोर्स तुहाडी प्रैक्टिस खास करके स्पैशलाइज करदी है इमीग्रेशन लॉ दे विच, नेशन वाइड तुहाडे ऑफिसिज इस तरह दे लीगल मसलियां नूं क्लाइंट्स लई तुसीं सोल्यूशंस प्रोवाइड करदे हो। सो लेट्स स्टार्ट विद इमीग्रेशन, की कुछ अपडेट्स हन साडे लई इमीग्रेशन नूं लैके? ਸ਼ਮਿਤਾ ਜੀ, ਇੱਕ ਤਾਂ ਜਿਹੜੀ ਇਮੀਗ੍ਰੇਸ਼ਨ ਦੀ ਕੋਰਟ ਹੈਗੀ ਆ ਨਿਊਯਾਰਕ ਵਾਲੀ, ਉਹਦੀ ਓਪਨਿੰਗ ਅਜੇ ਹੁਣ ਦਸੰਬਰ 11 ਤੱਕ ਜਿਹੜੀ ਹੈਗੀ ਆ ਪੋਸਟਪੋਨ ਹੋ ਗਈ ਆ ਜੀ, ਤੇ ਉਹ ਹੁਣ ਅਜੇ ਖੁੱਲਣ ਦੀ ਉਮੀਦ ਨਹੀਂ ਹੈਗੀ। ਜਿਵੇਂ ਸਾਨੂੰ ਲੱਗਦਾ ਸੀ ਵੀ ਉਹ ਖੁੱਲੇਗੀ, ਪਰ ਉਹ ਹੁਣ ਸਾਰੀਆਂ ਡੇਟਾਂ ਜਿਹੜੀਆਂ ਪੋਸਟਪੋਨ ਹੋਣਗੀਆਂ, ਤੇ 11 ਤੱਕ ਹੈਗਾ, ਹੋ ਸਕਦਾ ਆਹ ਸਾਲ ਦੇ ਐਂਡ ਤੱਕ ਬਿਨਾਂ ਖੁੱਲੇ, ਪਰ ਅਜੇ 11 ਤੱਕ ਉਹਨਾਂ ਨੇ ਪੋਸਟਪੋਨ ਕੀਤੀ ਆ। ਬਾਕੀ ਜਿਹੜੀਆਂ ਖੁੱਲੀਆਂ ਵੀ ਹੈਗੀਆਂ ਕੋਰਟਾਂ ਉਹਨਾਂ ਦੇ ਵਿੱਚ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਪੋਸਟਪੋਨ ਹੋ ਰਹੀਆਂ ਨੇ, ਜਿਹੜੀਆਂ ਫਾਈਨਲ ਡੇਟਾਂ ਨੇ ਉਹ ਕਰਵਾ ਰਹੇ ਆ ਜੀ। ਤੇ ਦੂਸਰਾ ਜਿਹੜਾ ਹੈਗਾ ਅਪਡੇਟ ਇਹ ਹੈਗੀ ਆ ਕਿ ਡਾਕਾ ਬਾਰੇ ਜਿਵੇਂ ਆਪਾਂ ਦੱਸਦੇ ਰਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ, ਪਿੱਛੇ US ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਨੇ ਜਦੋਂ ਖਤਮ ਕੀਤਾ ਉਹਦਾ ਜਿਹੜਾ ਪ੍ਰੋਪਰ ਪ੍ਰੋਸੀਜਰ ਫੋਲੋ ਨਹੀਂ ਕੀਤਾ, ਤੇ ਇਹਨਾਂ ਨੇ ਫਿਰ ਕੁਛ ਬੰਦਿਆਂ ਦੀਆਂ ਐਪਲੀਕੇਸ਼ਨਾਂ ਰਿਜੈਕਟ ਕਰਤੀਆਂ, ਤੇ ਜਿਹੜੀ ਪਰਮਿਸ਼ਨ ਹੁੰਦੀ ਆ ਬਾਹਰ ਜਾਣ ਦੀ ਜਿਹੜਾ ਟਰੈਵਲ ਡਾਕੂਮੈਂਟ ਆ ਕੰਟਰੀ ਤੋਂ, ਉਹ ਡਿਨਾਈ ਕਰਤੀ। ਅੱਛਾ ਜੀ, ਉਹਦੇ ਬਾਰੇ ਕੇਸ ਹੋਇਆ ਸੀਗਾ ਨਿਊਯਾਰਕ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ, ਤੇ ਉਹਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਐਕਟਿੰਗ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ, ਉਹਦੇ ਕੋਲ ਪਾਵਰ ਹੀ ਹੈ ਨਹੀਂ, ਵੀ ਉਹਦੀ ਜਿਹੜੀ ਅਪਾਇੰਟਮੈਂਟ ਆ ਉਹ ਵੀ ਗਲਤ ਹੋਈ ਆ ਪਹਿਲਾਂ ਦਾ ਜੀ, ਤੇ ਇਸ ਕਰਕੇ ਉਹਨਾਂ ਨੇ ਉਹਦੇ ਜਿੰਨੇ ਰੂਲ ਉਹਨੇ ਬਣਾਏ ਸੀ ਡਾਕਾ ਦੇ ਡਾਕਾ ਵਾਲੇ ਦੇ ਖਿਲਾਫ, ਉਹ ਸਾਰੇ ਸਟੇਅ ਕਰ ਦਿੱਤੇ ਜੀ, ਤੇ ਉਹ ਵੀ ਇੱਕ ਅੱਛੀ ਰਾਹਤ ਆ। ਬਾਕੀ ਉਹ ਇਹਦੇ ਬਾਰੇ ਤਾਂ ਜਿਹੜੇ ਹੈਗੇ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਨੇ ਕਿਹਾ ਹੀ ਆ ਕਿ ਮੈਂ ਆ ਕੇ ਐਗਜ਼ੀਕਟਿਵ ਆਰਡਰ ਕਰ ਦਿਆਂਗਾ ਡਾਕਾ ਬਾਰੇ ਕਿਹਨੂੰ ਰੀਇਨਸਟੇਟ ਕਰਨ ਦਾ, ਸੋ ਇਸ ਕਰਕੇ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੀ ਟੀਮ ਵੀ ਅਨਾਊਂਸ ਕਰਤੀ ਅੱਜ ਜੀ ਜੀ ਜੀ। ਹਾਂਜੀ ਹਾਂਜੀ, ਤੇ ਇਹ ਹੈਗੀਆਂ ਬਾਕੀ ਜਿਹੜੀਆਂ ਇਹਨਾਂ ਨੇ ਚੇਂਜਸ ਕੀਤੀਆਂ ਸੀ H1 ਵਗੈਰਾ ਦੀਆਂ, ਉਹਦੇ ਵਿੱਚ ਵੀ ਮੇਰਾ ਖਿਆਲ ਆ ਵੀ ਸੀਗੀਆਂ ਬੜੀਆਂ ਡਰਾਸਟਿਕ, ਵੀ ਇਹਨਾਂ ਨੇ ਕਿਹਾ ਸੀ ਸਪੈਸ਼ਲਿਟੀ ਆਕੂਪੇਸ਼ਨ ਚੇਂਜ ਕੀਤੀ, ਤੇ ਕਿਹਨਾਂ ਨੇ ਜਿਹੜੀ ਦੂਜੀ ਹੈਗੀ ਆ ਉਹ ਵੇਜ ਦਾ ਇਹਨਾਂ ਨੇ ਜਿਹੜਾ ਸੀ ਉਹ ਚ ਵੀ ਕਾਫੀ ਚੇਂਜਸ ਕੀਤੀਆਂ, ਵੀ ਜੇ ਇੱਥੋਂ ਹਾਇਰ ਕਰਨਾ ਬੰਦਾ ਤਾਂ ਉਹਦੀ ਵੇਜ ਥੋੜੀ ਹੋਏਗੀ, ਬਾਹਰੋਂ ਮੰਗਾਉਣਾ ਤਾਂ ਡਬਲ ਹੋਏਗੀ ਜੀ, ਉਹ ਵੀ ਸਾਰੀਆਂ ਮੇਰਾ ਖਿਆਲ ਆ ਚੇਂਜ ਕਰਨਗੇ। ਹੁਣ ਦੇਖਦੇ ਆ ਬਾਈਡਨ ਕੀ ਕਰਦੇ ਆ, ਤੇ ਉਹਨਾਂ ਦੀ ਹੈ ਤਾਂ ਹੈ ਪ੍ਰਾਇਓਰਟੀ ਇਮੀਗ੍ਰੇਸ਼ਨ ਬਾਰੇ ਅਸੀਂ ਕਰਾਂਗੇ, ਜਿਹੜੇ ਉਹਨਾਂ ਨੇ ਹੁਣ ਸਿਲੈਕਟ ਕੀਤੇ ਨੇ ਹੋਮਲੈਂਡ ਸਿਕਿਉਰਟੀ ਦੇ ਸੈਕਟਰੀ, ਉਹ ਵੀ ਕਿਊਬਨ ਇਮੀਗ੍ਰੈਂਟ ਫੈਮਿਲੀ ਚੋਂ ਨੇ ਜੀ, ਦ ਫਰਸਟ ਹਿਸਪੈਨਿਕ, ਸਭ ਤੋਂ ਪਹਿਲੇ ਹਿਸਪੈਨਿਕ ਇਸ ਪੋਜੀਸ਼ਨ ਦੇ ਵਿੱਚ, ਆਈ ਥਿੰਕ ਬਹੁਤ ਵੱਡੀ ਇਹ ਸਟੇਟਮੈਂਟ ਜੀ। ਉਹ ਪਹਿਲਾਂ ਰਹਿ ਚੁੱਕੇ ਨੇ ਡੈਪਟੀ ਦੇ ਸੈਕਟਰੀ ਹੋਮਲੈਂਡ ਸਿਕਿਉਰਟੀ ਦੇ, ਤੇ US ਅਟਰਨੀ ਵੀ ਰਹੇ ਨੇ ਕੈਲੀਫੋਰਨੀਆ ਚ, ਤੇ ਲੇਕਿਨ ਉਹ ਕਿਉਂਕਿ ਆਪ ਉਹ ਕਿਊਬਨ ਮਤਲਬ ਇਮੀਗ੍ਰੈਂਟਸ ਦੇ ਫੈਮਿਲੀ ਚੋਂ ਹੈਗੇ, ਉਹਦੇ ਕਰਕੇ ਉਹਨਾਂ ਨੂੰ ਪਤਾ ਹੈ ਆਪਣੀ ਪ੍ਰੈਕਟਿਸ ਇਸਟੈਬਲਿਸ਼ ਕੀਤੀ ਹੋਈ ਹੈ, ਬਟ ਜਿਹਨਾਂ ਨੂੰ ਇੱਥੇ ਦੇ ਲੀਗਲ ਸਿਸਟਮ ਦਾ ਇੰਨਾ ਜ਼ਿਆਦਾ ਨਹੀਂ ਪਤਾ, ਖਾਸ ਕਰਕੇ ਜਿਸ ਤਰ੍ਹਾਂ ਇੱਥੇ ਦਾ ਕਾਨੂੰਨ ਬਣਦਾ ਹੈ ਜਾਂ ਇੱਥੇ ਦੀ ਪੋਲਿਸੀਜ਼ ਬਣਦੀਆਂ, ਉਹਨਾਂ ਨੂੰ ਮੈਂ ਚਾਹੁੰਦੀ ਤੁਸੀਂ ਥੋੜ੍ਹਾ ਜਿਹਾ ਹੌਸਲਾ ਦਿਓ ਕਿ ਜਦੋਂ ਕੋਈ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ ਵੱਖ ਵੱਖ ਚੀਜ਼ਾਂ ਨੂੰ ਪ੍ਰੈਕਟਿਸ ਵਿੱਚ ਪਾਇਆ, ਵਰਸਿਸ ਜਦੋਂ ਤੁਸੀਂ ਲਾਅ ਬਣਾਉਂਦੇ ਹੋ ਇਹਦੇ 'ਚ ਕੀ ਫਰਕ ਹੈ, ਐਂਡ ਜੋ ਇਹ ਐਗਜ਼ੀਕਿਊਟਿਵ ਆਰਡਰਸ ਹਨ ਇਹ ਕਿੰਨਾ ਕੁ ਔਖਾ ਹੋਏਗਾ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇਹਨਾਂ ਨੂੰ ਰਿਵਰਸ ਕਰਨ ਦੇ ਵਿੱਚ? ਸ਼ਮਿਤਾ ਜੀ, ਇਹਦੇ 'ਚ ਨਾ ਦੋ ਆਸਪੈਕਟ ਨੇ, ਤੇ ਇੱਕ ਤਾਂ ਇਹ ਹੈਗਾ ਕਿ ਜਿਹੜਾ ਲਾਅ ਹੈਗਾ ਕਿਸੇ ਵੀ ਚੀਜ਼ ਦਾ, ਚਾਹੇ ਇਮੀਗ੍ਰੇਸ਼ਨ ਦਾ ਹੋਵੇ ਚਾਹੇ ਕਿਸੇ ਵੀ ਹੋਰ ਫੀਲਡ ਨਾਲ ਰਿਲੇਟਡ ਹੋਵੇ, ਉਹ ਜਦੋਂ ਬਣਦਾ ਲਾਅ ਜਦੋਂ ਵੀ ਬਣਦਾ ਉਹ ਪਹਿਲਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਤੋਂ ਪਾਸ ਹੁੰਦਾ, ਫਿਰ ਸੈਨੇਟ ਤੋਂ ਹੁੰਦਾ, ਤੇ ਫਿਰ ਪ੍ਰੈਜ਼ੀਡੈਂਟ ਸਾਈਨ ਕਰਦਾ। ਤੇ
ਜਿਹੜਾ ਐਗਜ਼ੀਕਟਿਵ ਆਰਡਰ ਹੈਗਾ ਉਹਦੇ ਵਾਸਤੇ ਕਿਸੇ ਹਾਊਸ ਜਾਂ ਸੈਨੇਟ ਦੀ ਅਪਰੂਵਲ ਦੀ ਲੋੜ ਨਹੀਂ, ਉਹ ਪ੍ਰੈਜ਼ੀਡੈਂਟ ਆਪਣੇ ਤੌਰ ਤੇ ਕਰਦਾ ਸਮੇਂ ਸਮੇਂ ਤੋਂ। ਜਿਹੜੇ ਹੁਣ ਪਹਿਲੇ ਪ੍ਰੈਜ਼ੀਡੈਂਟਸ ਨੇ ਉਹਨਾਂ 'ਚੋਂ ਓਬਾਮਾ ਨੇ ਵੀ ਕੀਤੇ ਐਗਜ਼ੀਕਟਿਵ ਆਰਡਰ ਪਰ ਘੱਟ ਕੀਤੇ ਆ, ਅਤੇ ਪ੍ਰੈਜ਼ੀਡੈਂਟ ਟਰੰਪ ਨੇ ਸਭ ਤੋਂ ਜ਼ਿਆਦਾ ਕੀਤੇ ਆ, ਖਾਸ ਕਰਕੇ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਤਾਂ ਉਹਨੇ ਬਹੁਤ ਹੀ ਜ਼ਿਆਦਾ ਕੀਤੇ ਆ। ਉਹ ਜਿਹੜੇ ਐਗਜ਼ੀਕਟਿਵ ਆਰਡਰ ਨੇ ਉਹਨਾਂ ਨੂੰ ਜੀ ਰਿਵਰਸ ਕਰ ਸਕਦਾ ਜੀ। ਸੋ ਬਾਕੀ ਇਹਨਾਂ ਨੇ ਕੁਛ ਜਿਹੜੇ ਨੇ ਐਗਜ਼ੀਕਟਿਵ ਆਰਡਰ ਵੀ ਨਹੀਂ ਹੈਗੇ, ਉਹ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਐਕਟਿੰਗ ਸੈਕਟਰੀ ਆ ਉਹਨੇ ਕੀਤੇ ਨੇ। ਅੱਛਾ ਜੀ। ਆਪਣੇ ਤੌਰ ਤੇ ਉਹਨੇ ਰੂਲ ਬਣਾਏ, ਜਿਵੇਂ ਅਸੈਲਮ ਦੇ ਜਿਹੜੇ ਰੂਲ ਚੇਂਜ ਕੀਤੇ ਆ ਕਿ ਜੀ ਵਰਕ ਪਰਮਿਟ 6 ਮਹੀਨੇ ਤੋਂ ਦੀ ਬਜਾਏ ਸਾਲ ਬਾਅਦ ਮਿਲੇਗਾ। ਇੱਕ ਉਹਨੇ ਇਹ ਕੀਤਾ ਕਿ ਜਿਹੜੀਆਂ ਫੀਸਾਂ ਵਧਾਉਣ ਦਾ ਪਿੱਛੇ ਕੀਤਾ ਸੀ, ਜਿਹੜਾ ਸਟੇਅ ਕਰ ਦਿੱਤਾ ਕੋਰਟ ਨੇ। ਇੱਕ ਆ ਡਾਕਾ ਦੇ ਜਿਹੜੇ ਐਪਲੀਕੈਂਟ ਦੇ ਰੂਲ ਨੇ ਕਿ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੇਗੀ ਬਾਹਰ ਜਾਣ ਦੀ, ਤੇ ਕੁਝ ਐਪਲੀਕੇਸ਼ਨਾਂ ਨਹੀਂ ਲਈਆਂ, ਜਾਂ ਇਦਾਂ ਦੇ ਜਿਹੜੇ ਚੇਂਜਸ ਈਵਨ ਜਿਹੜੇ H1 ਦੀਆਂ ਵੀ ਚੇਂਜਸ ਨੇ, ਉਹ ਪ੍ਰੈਜ਼ੀਡੈਂਟ ਟਰੰਪ ਦੇ ਐਗਜ਼ੈਕਟਿਵ ਆਰਡਰ ਨਹੀਂ ਹੈਗੇ, ਉਹ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਮਤਲਬ ਸੈਕਟਰੀ ਆ ਉਹਦੇ ਆ। ਤੇ ਉਹ ਕੋਰਟਾਂ ਨੇ ਕਿਹਾ ਵੀ ਇਹਦੀ ਅਪਾਇੰਟਮੈਂਟ ਠੀਕ ਨਹੀਂ ਹੋਈ ਕਿਉਂਕਿ ਸੈਨੇਟ ਨੇ ਕਨਫਰਮ ਹੀ ਨਹੀਂ ਕੀਤਾ ਉਹਨੂੰ ਜੀ। ਤੇ ਉਹ ਜਿਹੜਾ ਇਹਨਾਂ ਦਾ ਹੋਮਲੈਂਡ ਸਿਕਿਉਰਿਟੀ ਦਾ ਹੁਣ ਨਵਾਂ ਸੈਕਟਰੀ ਆਏਗਾ, ਉਹ ਆਪਣੇ ਤੌਰ ਤੇ ਉਹਨੂੰ ਚੇਂਜ ਕਰ ਸਕਦਾ। ਇਸ ਤਰ੍ਹਾਂ ਹੀ ਕੁਛ ਜਿਹੜੇ ਆ ਉਹ ਅਟਾਰਨੀ ਜਨਰਲ ਚੇਂਜ ਕਰ ਸਕਦਾ ਆਪਣੇ ਤੌਰ ਤੇ ਜੀ ਪੋਲਿਸੀ। ਤੇ ਜਿਹੜੇ ਇਹਨਾਂ ਨੇ ਐਗਜ਼ੈਕਟਿਵ ਆਰਡਰ ਕੀਤੇ ਨੇ, ਜਿਵੇਂ ਆ ਬੈਨ ਲਾਇਆ ਇਮੀਗ੍ਰੇਸ਼ਨ ਦਾ ਵੀ ਦਸੰਬਰ ਤੱਕ ਜਿਹੜੀਆਂ ਸਾਰੀਆਂ ਕੈਟਾਗਰੀਜ਼ ਹੈਗੀਆਂ, ਖਾਸ ਕਰਕੇ ਜਿਹੜੀਆਂ ਆਪਣੇ ਸਿਟੀਜ਼ਨ ਭੈਣ ਭਰਾ ਦਾ ਅਪਲਾਈ ਕਰਦੇ ਆ, F4 ਕੈਟਾਗਰੀ ਆ, ਮਾਂ ਬਾਪ ਦਾ ਕਰਦੇ ਆ ਜਾਂ ਮੈਰਿਡ ਬੱਚਿਆਂ ਦਾ ਕਰਦੇ ਜਾਂ ਗ੍ਰੀਨ ਕਾਰਡ ਹੋਲਡਰ ਕਰਦੇ, ਉਹ ਸਾਰੇ ਜਿਹੜੇ ਆ ਉਹ ਇਹ ਰਿਵਰਸ ਕਰ ਦੇਣਗੇ। ਅਪਲ ਤਾਂ ਆਪੇ ਹੀ ਖਤਮ ਹੋ ਜਾਣਾ 31 ਤੱਕ, ਤੇ ਜੇ ਉਹਨਾਂ ਨੂੰ ਐਕਸਟੈਂਡ ਵੀ ਕਰਤਾ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਵੀ ਉਹ ਰਿਵਰਸ ਕਰ ਸਕਦੇ ਆ। ਸੋ ਉਹ ਐਗਜ਼ੈਕਟਿਵ ਆਰਡਰ ਜਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਕਰਨੇ ਨੇ ਉਹ ਇਹ ਕਰ ਸਕਦੇ, ਉਹ ਕਿਸੇ ਸੈਨੇਟ ਜਾਂ ਹਾਊਸ ਦੇ ਅਪਰੂਵਲ ਦੀ ਲੋੜ ਨਹੀਂ ਹੈਗੀ ਜੀ। ਜਿਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸਦਾ ਕਿ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਨੇ ਇੱਕ ਗੱਲ ਕਹੀ ਆ ਬੜੀ ਇੰਪੋਰਟੈਂਟ, ਉਹਨਾਂ ਨੇ ਕਿਹਾ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਨਾ ਹਸਬੈਂਡ ਵਾਈਫ ਤੇ ਬੱਚੇ ਵੀ, ਉਹਨਾਂ ਨੂੰ ਇੰਨੀ ਦੇਰ ਵੇਟ ਕਰਨੀ ਗਲਤ ਆ ਵੀ ਉਹਨਾਂ ਨੂੰ ਹੁਣ 2-3 ਸਾਲ ਲੱਗ ਜਾਂਦੇ ਆਉਣ ਨੂੰ ਜੀ, ਵੀ ਉਹ ਨਾਲ ਹੀ ਆਉਣੇ ਚਾਹੀਦੇ ਆ ਉਹਨਾਂ ਦੇ। ਜਿਸ ਤਰ੍ਹਾਂ US ਸਿਟੀਜ਼ਨ ਦੇ ਜਿਹੜੇ ਬੱਚੇ ਜਾਂ ਹਸਬੈਂਡ ਵਾਈਫ ਨੇ ਉਹ ਵਿਦਨ 1 ਈਅਰ ਆ ਜਾਂਦੇ ਨੇ ਨਾਲ ਹੀ, ਮੈਂ ਉਹ 'ਚ ਕੋਈ ਵੇਟਿੰਗ ਪੀਰੀਅਡ ਨਹੀਂ ਹੁੰਦਾ ਤੇ ਪ੍ਰੋਸੈਸਿੰਗ ਟਾਈਮ ਹੀ ਹੈ, ਉਦਾਂ ਹੋਣਾ ਚਾਹੀਦਾ। ਤਾਂ ਹੋ ਸਕਦਾ ਉਹਨੂੰ ਉਹ ਇੰਪਲੀਮੈਂਟ ਕਰਨ। ਤੇ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਕੈਟਾਗਰੀਆਂ ਦੇ ਵਿੱਚ ਜ਼ਿਆਦਾ ਟਾਈਮ ਲੱਗ ਰਿਹਾ, ਜਿਵੇਂ ਆ ਕਈ ਕੈਟਾਗਰੀਆਂ 15-12 ਸਾਲ 13-13 ਸਾਲ ਲੱਗ ਰਿਹਾ, ਵੀ ਉਹਦੇ ਵਿੱਚ ਸ਼ਾਇਦ ਅਸੀਂ ਅਲਾਓ ਕਰ ਦਈਏ ਟੈਂਪਰਰੀ ਵੀਜ਼ਾ, ਵੀ ਟੈਂਪਰਰੀ ਤੌਰ ਤੇ ਇੱਥੇ ਬੰਦੇ ਆ ਸਕਣ, ਕੰਮ ਕਰ ਸਕਣ, ਤੇ ਇੱਥੇ ਫਿਰ ਜਦੋਂ ਉਹਨਾਂ ਦੀ ਵਾਰੀ ਆ ਜਾਵੇ ਗ੍ਰੀਨ ਕਾਰਡ ਉਹਨਾਂ ਨੂੰ ਮਿਲ ਜਾਵੇ ਜੀ। ਸੋ ਇਦਾਂ ਦਾ ਕੁਝ ਵੀ ਉਹ ਮਤਲਬ ਕਰ ਸਕਦੇ ਆ ਜੀ। ਤੇ ਉਹ ਇਹਨਾਂ ਨੇ ਹਿੰਟ ਕੀਤਾ, ਤੇ ਹੁਣ ਦੇਖੋ ਉਹਦੇ ਵਾਸਤੇ ਇਹਨਾਂ ਨੂੰ ਮੇਰਾ ਖਿਆਲ ਕਾਂਗਰਸ ਦੀ ਅਪਰੂਵਲ ਦੀ ਲੋੜ ਨਹੀਂ ਹੈਗੀ, ਉਹ ਤਾਂ ਆਪਣੇ ਤੌਰ ਤੇ ਹੀ ਕਰ ਸਕਦੇ ਆ, ਜਿਵੇਂ ਤੁਸੀਂ ਪੁੱਛਿਆ ਐਗਜ਼ੈਕਟਿਵ ਆਰਡਰ ਕਰ ਸਕਦੇ ਜਾਂ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਆਪਣੇ ਤੌਰ ਤੇ ਕਰ ਸਕਦਾ ਜੀ। ਜਿਹੜਾ US ਕਾਂਗਰਸ ਕੋਲ ਜਾਣ ਦੀ ਲੋੜ ਆ ਹਾਊਸ ਤੇ ਸੈਨੇਟ ਕੋਲ, ਉਹ ਹੈਗੀ ਆ ਜੇ ਇਹਨਾਂ ਨੇ ਜਿਹੜੇ ਡਾਕਾ ਦੇ ਰੈਸੀਪੈਂਟ ਜਿਹੜੇ ਹੈਗੇ ਆ ਇਹਨਾਂ ਨੂੰ ਪੱਕਾ ਕਰਨਾ, ਇਹਨਾਂ ਨੂੰ ਗ੍ਰੀਨ ਕਾਰਡ ਦੇਣੇ ਆ ਜੀ, ਜਾਂ ਇਹਨਾਂ ਨੇ ਜਿਹੜਾ ਕਿਹਾ ਇੱਥੇ ਅਨਡਾਕੂਮੈਂਟਡ ਬੰਦੇ ਨੇ ਜਿਹੜੇ 8 ਮਿਲੀਅਨ ਵੀ, ਉਹਨਾਂ ਨੂੰ ਅਸੀਂ ਗ੍ਰੀਨ ਕਾਰਡ ਜੀ ਆਪਣਾ ਦੇਣੇ ਆ ਜਾਂ ਉਸ ਰਾਹ ਤੇ ਤੋਰਨਾ, ਉਹਨਾਂ ਨੂੰ ਹੌਲੀ ਹੌਲੀ ਲੀਗਲਾਈਜ਼ ਕਰਨਾ, ਉਹਦੇ ਵਾਸਤੇ ਕਾਂਗਰਸ ਦੀ ਅਪਰੂਵਲ ਦੀ ਲੋੜ ਆ ਜੀ। ਉਹ ਹੁਣ ਜੇ ਇਹਨਾਂ ਕੋਲ ਮੈਜੋਰਟੀ ਨਾ ਆਈ ਸੈਨੇਟ ਦੇ ਵਿੱਚ, ਫਿਰ ਮੈਨੂੰ ਨਹੀਂ ਲੱਗਦਾ ਕਿ ਇਹ 'ਚ ਕਾਮਯਾਬ ਹੋਣਗੇ, ਕਿਉਂਕਿ ਸੈਨੇਟ ਦੀ ਜਿਹੜੀ ਰਿਪਬਲਿਕਨ ਲੀਡਰਸ਼ਿਪ ਹੋਣ ਵਾਲੀ ਹੈਗੀ ਮਿਚ ਮਕੋਨਲ ਵਾਲੀ, ਉਹਨਾਂ ਨੇ ਇਮੀਗ੍ਰੇਸ਼ਨ ਦਾ ਜਿਹੜਾ ਇਸ਼ੂ ਆ ਉਹ ਟੇਕਅਪ ਹੀ ਨਹੀਂ ਕਰਨਾ, ਏਜੰਡੇ 'ਤੇ ਨਹੀਂ ਲਿਆਉਣਾ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਪਰ ਜਿਹੜੇ ਦੂਜੇ ਐਗਜ਼ੈਕਟਿਵ ਆਰਡਰ ਇਹਨਾਂ ਨੇ ਕੀਤੇ ਨੇ ਜਾਂ ਆਪਣੇ ਡਿਪਾਰਟਮੈਂਟਲ ਨੇ ਹੋਮਲੈਂਡ ਸਿਕਿਉਰਿਟੀ ਦੇ, ਉਹ ਇਹ ਚੇਂਜ ਕਰ ਦੇਣਗੇ ਜੀ ਜੀ। ਸੋ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈਗਾ ਕਿ ਜੋ ਐਗਜ਼ੈਕਟਿਵ ਆਰਡਰਸ ਹਨ ਉਹ ਇੰਨੇ ਪੱਕੇ ਨਹੀਂ ਹੁੰਦੇ ਜਿੰਨਾ ਇੱਕ ਲਾਅ ਹੁੰਦਾ ਹੈ, ਜਿਹਨੂੰ ਭਾਵੇਂ ਟਾਈਮ ਜ਼ਿਆਦਾ ਲੱਗਦਾ ਹੈ ਕਾਂਗਰਸ ਰਾਹੀਂ ਜਾਣ ਲਈ, ਬਟ ਉਹਨੂੰ ਰਿਵਰਸ ਕਰਨ ਵਿੱਚ ਵੀ ਇੰਨੀ ਆਸਾਨੀ ਨਾਲ ਨਹੀਂ ਹੋ ਸਕਦਾ ਵਰਸਿਸ ਇਨ ਐਗਜ਼ੈਕਟਿਵ ਆਰਡਰ। ਬਟ ਓਵਰਆਲ ਅਗਰ ਤੁਸੀਂ ਜਸਪ੍ਰੀਤ ਜੀ ਸਾਨੂੰ ਦੱਸਣਾ ਹੋਏ, ਓਵਰਆਲ ਤੁਸੀਂ ਤਾਂ ਇਮੀਗ੍ਰੇਸ਼ਨ ਲਾਅ ਦੇ ਵਿੱਚ ਖਾਸੀਅਤ ਆਪਣੀ ਰੱਖਦੇ ਹੋ, ਐਕਸਪਰਟੀਜ਼ ਮੇਨਟੇਨ ਕਰਦੇ ਹੋ, ਇਮੀਗ੍ਰੇਸ਼ਨ ਓਵਰਆਲ ਇਸ ਫੀਲਡ ਲਈ ਫਾਇਦੇਮੰਦ ਹੋਏਗੀ ਬਾਈਡਨ ਐਡਮਿਨਿਸਟ੍ਰੇਸ਼ਨ, ਜਾਂ ਤੁਹਾਨੂੰ ਲੱਗਦਾ ਹੈ ਹੋਰ ਇਹਨਾਂ ਨੇ ਕੁਛ ਇਹੋ ਜਿਹੀ ਪੋਲਿਸੀਜ਼ ਸ਼ਾਇਦ ਇੰਪਲੀਮੈਂਟ ਕਰਨ ਜੋ ਇੰਨੀ ਫੇਵਰੇਬਲ ਨਾ ਹੋਣ ਇਮੀਗ੍ਰੈਂਟਸ ਲਈ ਐਂਡ ਇਮੀਗ੍ਰੇਸ਼ਨ ਲਾਅ ਲਈ? ਨਹੀਂ, ਮੈਨੂੰ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਵੀ ਜਿਹੜੀਆਂ ਟਰੰਪ ਦੀਆਂ ਪੋਲਿਸੀਜ਼ ਨੇ ਉਹ ਬਹੁਤ ਜ਼ਿਆਦਾ ਹਾਰਡ ਸੀਗੀਆਂ, ਉਸ ਤੋਂ ਜ਼ਿਆਦਾ ਹਾਰਡ ਹੋਰ ਹੋ ਨਹੀਂ ਸਕਦੀਆਂ। ਤੇ ਕਿਉਂਕਿ ਜੋ ਉਹਨਾਂ ਨੇ ਹਰੇਕ ਫੀਲਡ 'ਚ ਕੀਤਾ, ਜਿਵੇਂ ਪੋਲੀਟੀਕਲ ਅਸਾਇਲਮ ਵਾਲੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਕੀਤਾ, ਜਾਂ ਜਿਹੜੇ ਡਿਟੈਂਸ਼ਨ ਕੇਸਿਸ ਨੇ ਬੰਦੇ ਆਉਂਦੇ ਆ ਡਿਟੈਂਸ਼ਨ 'ਚ, ਉਹਨਾਂ ਲਈ ਕੀ ਉਹਨਾਂ ਦਾ ਨੁਕਸਾਨ ਕੀਤਾ। ਉਸ ਤੋਂ ਇਲਾਵਾ ਫਿਰ ਜਿਹੜੀਆਂ ਲੀਗਲ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਨੇ, ਜਿਵੇਂ ਜਿਹੜੀ ਭੈਣ ਭਰਾ ਦੀ ਕੈਟਾਗਰੀ ਆ, ਮਾਂ ਬਾਪ ਦੀ ਕੈਟਾਗਰੀ, ਸਿਟੀਜ਼ਨ ਦੀ ਜਾਂ ਮੈਰਿਡ ਬੱਚਿਆਂ ਦੀ ਆ, ਜਾਂ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ, ਜਾਂ H1 ਹੋ ਗਿਆ ਉਹਦਾ ਕੀਤਾ, ਜਾਂ F1 ਦਾ ਸਟੂਡੈਂਟ ਦਾ, ਇਸ ਤੋਂ ਵੱਧ ਹੋਰ ਮਤਲਬ ਸਟ੍ਰਿਕਟਨੈਸ ਹੋ ਨਹੀਂ ਸਕਦੀ, ਤੇ ਇਸ ਤੋਂ ਬੈਟਰ ਹੀ ਹੋਏਗਾ। ਬਲਕਿ ਚੰਗਾ
ਤੇ ਕਿਉਂਕਿ ਉਹਨਾਂ ਨੂੰ ਐਦ ਕਿ ਕਈ ਸਟੇਟਾਂ ਦੇ ਵਿੱਚ ਜਿਹੜੀ ਆਪਣੀ ਇਮੀਗ੍ਰੈਂਟਸ ਦੀ ਵੋਟ ਹੈਗੀ ਆ ਜਿਵੇਂ ਕਿ ਆਪਣੇ ਇੰਡੀਅਨਸ ਹੋ ਗਏ ਪਾਕਿਸਤਾਨੀ ਹੋ ਗਏ ਚਾਈਨੀਜ਼ ਹੋ ਗਏ ਉਹਦੇ ਨਾਲ ਹਿਸਪੈਨਿਕ ਵੋਟ ਬੜੀ ਇੰਪੋਰਟੈਂਟ ਆ ਉਹਨੇ ਕਈ ਸਟੇਟਾਂ ਜਿਤਾਇਆ ਜੇ ਵੋਟ ਨਾ ਪੈਂਦੀ ਤਾਂ ਬੈਟਲ ਗਰਾਊਂਡ ਸਟੇਟਾਂ ਦੇ ਵਿੱਚ ਖਾਸ ਕਰਕੇ ਪੈਨਸਲਵੇਨੀਆ ਚ ਵਿਸਕੌਨਸਿਨ ਦੇ ਵਿੱਚ ਤੇ ਉਦੋਂ ਇਲਾਵਾ ਵੀ ਲਾ ਲਓ ਐਰੀਜ਼ੋਨਾ ਦੇ ਵਿੱਚ ਤੇ ਇਹਨਾਂ ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੋਲ ਆ ਇਮੀਗ੍ਰੈਂਟਸ ਦਾ ਤੇ ਇਸ ਕਰਕੇ ਜਿੱਥੇ ਇੰਨੀ ਕਲੋਜ਼ ਇਲੈਕਸ਼ਨ ਸੀਗੀ ਤੇ ਉਹ ਮੇਰਾ ਖਿਆਲ ਆ ਉਹਦਾ ਖਿਆਲ ਰੱਖਣਗੇ ਕੁਛ ਫਲੋਰਿਡਾ ਦਾ ਵੀ ਅਸਰ ਹੈਗਾ ਇਹਨਾਂ ਤੇ ਕਿਉਂਕਿ ਜਿਹੜਾ ਫਲੋਰਿਡਾ ਦੇ ਵਿੱਚ ਹਾਰੇ ਨੇ ਉਹ ਕਿਊਬਨ ਜਿਹੜੀ ਇਮੀਗ੍ਰੈਂਟਸ ਦੀ ਵੋਟ ਨਹੀਂ ਪਈ ਉਹਦੇ ਕਰਕੇ ਹਾਰੇ ਇਸੇ ਕਰਕੇ ਇਹਨਾਂ ਨੇ ਜਿਹੜਾ ਨਾ ਦਿਮਾਗ 'ਚ ਸੀਗਾ ਕਿ ਜਿਹੜਾ ਹੋਮਲੈਂਡ ਸਕਿਉਰਿਟੀ ਦਾ ਸੈਕਟਰੀ ਆ ਉਹ ਵੀ ਕਿਊਬਨ ਹੈਰੀਟੇਜ 'ਚੋਂ ਹੈਗਾ ਇਮੀਗ੍ਰੈਂਟਸ ਤੋਂ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਵੋਟ ਨੂੰ ਜੋੜਨ ਦੀ ਕਿਉਂਕਿ ਅਗਲੀ ਇਲੈਕਸ਼ਨ ਜਿਹੜੀ ਵੀ ਹੋਣੀ ਉਹਦੇ ਵਾਸਤੇ ਕਿਉਂ ਜਿਹੜੀ ਫਲੋਰਿਡਾ ਬੜਾ ਇੰਪੋਰਟੈਂਟ ਆ ਕਿਉਂਕਿ ਫਲੋਰਿਡਾ ਵੀ ਇੱਕ ਇੰਪੋਰਟੈਂਟ ਬੈਟਲ ਗਰਾਊਂਡ ਆ ਜਿਹੜਾ ਕਿ ਜ਼ਿਆਦਾ ਵਿਨੇਬਲ ਹੈਗਾ ਓਹਾਇਓ ਨਾਲੋਂ ਹੁਣ ਜਿਹੜੀਆਂ ਸਟੇਟਾਂ ਹਾਰੇ ਨੇ ਉਹਨਾਂ ਵਿੱਚੋਂ ਫਲੋਰਿਡਾ ਹੀ ਆ ਇੱਕ ਜਿਹੜੀ ਵਿਨੇਬਲ ਆ ਤੇ ਫਲੋਰਿਡਾ ਦੇ ਉਸੇ ਕੰਸੈਂਟ੍ਰੇਟ ਕਰਨਗੇ ਪਲੱਸ ਜਿਹੜੀਆਂ ਹੋਣ ਵਾਲੀਆਂ ਸਟੇਟਾਂ ਉਹ ਤਾਂ ਹੈਗੀਆਂ ਹੀ ਆ ਆਫ ਕੋਰਸ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਚੇਂਜ ਕਰਨਗੇ ਪਰ ਜਿਹੜੀ ਚੇਂਜ ਹਾਊਸ ਆਫ ਰੈਪਰਜ਼ੈਂਟੇਟਿਵ ਜਾਂ ਸੈਨੇਟ ਦੁਆਰਾ ਹੋਣੀ ਆ ਉਹ ਜਿੰਨੀ ਦੇਰ ਤੱਕ ਡੈਮੋਕ੍ਰੈਟਿਕ ਪਾਰਟੀ ਦੀ ਸੈਨੇਟ 'ਚ ਮੈਜੋਰਿਟੀ ਨਹੀਂ ਆਉਂਦੀ ਉਹ ਮੁਸ਼ਕਲ ਲੱਗਦੀ ਆ ਕਿ ਉਹ ਨਹੀਂ ਹੋਏਗੀ ਲੇਕਿਨ ਜਿਹੜੀ ਆਪਣੇ ਐਗਜ਼ੈਕਟਿਵ ਆਰਡਰ ਰਾਹੀਂ ਜਾਂ ਜਿਹੜੀ ਡਿਪਾਰਟਮੈਂਟਲ ਲੈਵਲ ਤੇ ਹੋਮਲੈਂਡ ਸਕਿਉਰਿਟੀ ਦਾ ਸੈਕਟਰੀ ਕਰ ਸਕਦਾ ਉਹ ਇਹ ਜ਼ਰੂਰ ਕਰਨਗੇ ਜੀ ਇਹ ਲੱਗਦਾ ਮੈਨੂੰ ਜੀ ਜਸਪ੍ਰੀਤ ਜੀ ਤੁਸੀਂ ਸਾਨੂੰ ਦੱਸਿਆ ਕਿ ਇਨ ਬੈਟਲ ਗਰਾਊਂਡ ਸਟੇਟਸ ਬਾਰੇ ਥੋੜਾ ਜਿਹਾ ਤੁਸੀਂ ਮੈਂਸ਼ਨ ਕੀਤਾ ਇਲੈਕਸ਼ਨ ਨੂੰ ਲੈ ਕੇ ਐਂਡ ਈਵਨ ਦੋ ਇਲੈਕਸ਼ਨ ਦਾ ਰਿਜ਼ਲਟ ਹੁਣ 2 ਹਫ਼ਤੇ ਹੋ ਗਏ ਹੈ ਅਫੀਸ਼ਲੀ ਅਨਾਊਂਸ ਕਰਤਾ ਸੀ ਬਟ ਅੱਜ ਕੱਲ੍ਹ ਸਾਨੂੰ ਫਿਰ ਵੀ ਇਨ ਸਟੇਟਾਂ ਤੋਂ ਜਿਸ ਤਰ੍ਹਾਂ ਪੈਨਸਲਵੇਨੀਆ ਜਿਸ ਤਰ੍ਹਾਂ ਜੋਰਜੀਆ ਜਿਸ ਤਰ੍ਹਾਂ ਨੌਰਥ ਕੈਰੋਲਾਈਨਾ ਇਹਨਾਂ ਦੇ ਵਿੱਚੋਂ ਖਬਰ ਨਿਕਲ ਰਹੀ ਹੈ ਦੈਟ ਹਾਂਜੀ ਅਫੀਸ਼ਲ ਤੌਰ 'ਤੇ ਇਹ ਜੋ ਬਾਈਡਨ ਦੇ ਹੱਕ ਵਿੱਚ ਗਿਣੀਆਂ ਗਈਆਂ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸ ਸਕਦੇ ਹੋ ਯੂ ਨੋ ਕਿ ਅੱਜ ਕਿਉਂ ਇਹ ਚੀਜ਼ਾਂ ਅਨਾਊਂਸ ਹੋ ਰਹੀਆਂ ਇਹ ਤਾਂ ਸਾਨੂੰ 2 ਹਫ਼ਤੇ ਪਤਾ ਲੱਗਿਆ ਸੀ ਕਿ ਮੋਸਟ ਲਾਈਕਲੀ ਪੈਨਸਲਵੇਨੀਆ ਜੋ ਬਾਈਡਨ ਦੇ ਹੱਕ ਵਿੱਚ ਜਾਊਗਾ ਅਤੇ ਅੱਜ ਕਿਉਂ ਇਹ ਅਨਾਊਂਸਮੈਂਟ ਆ ਰਹੀ ਮਤਲਬ ਇਹ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਕਿ ਅੱਜ ਇਹ ਅਨਾਊਂਸਮੈਂਟ ਅਫੀਸ਼ੀਅਲ ਤੌਰ 'ਤੇ ਸਾਨੂੰ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਸ਼ਮੀਤਾ ਜੀ ਜਿਹੜਾ ਸਾਨੂੰ 2 ਹਫ਼ਤੇ 3 ਹਫ਼ਤੇ ਪਹਿਲਾਂ ਪਤਾ ਲੱਗਿਆ ਉਹ ਲੱਗਿਆ ਮੀਡੀਆ ਤੋਂ ਉਹ ਸਟੇਟਾਂ ਨੇ ਅਫੀਸ਼ੀਅਲੀ ਅਨਾਊਂਸ ਨਹੀਂ ਸੀ ਕੀਤਾ ਉਹ ਤਾਂ ਮੀਡੀਆ ਦੀ ਪ੍ਰੋਜੈਕਸ਼ਨ ਸੀਗੀ ਅੱਛਾ ਜੀ ਜਿਵੇਂ ਕਿ ਐਨਬੀਸੀ ਨਿਊਜ਼ ਦੀ ਸੀਐਨਐਨ ਨਿਊਜ਼ ਦੀ ਏਬੀਸੀ ਨਿਊਜ਼ ਦੀ ਸੀਬੀਐਸ ਦੀ ਫੋਕਸ ਦੀ ਜਿਹੜਾ ਮੀਡੀਆ ਹੈਗਾ ਮੇਨ ਸਟ੍ਰੀਮ ਮੀਡੀਆ ਉਹਨੇ ਪ੍ਰੋਜੈਕਟ ਕੀਤਾ ਪਰ ਮੀਡੀਆ ਵੀ ਇੱਥੇ ਬੜੀ ਜ਼ਿੰਮੇਵਾਰੀ ਨਾਲ ਪ੍ਰੋਜੈਕਟ ਕਰਦਾ ਗਲਤ ਨਹੀਂ ਕਰਦਾ ਜੀ ਮੀਡੀਆ ਜਦੋਂ ਕਰਦਾ ਪ੍ਰੋਜੈਕਟ ਉਹ ਇਹ ਦੇਖਦਾ ਵੀ ਜਿੰਨੀਆਂ ਵੋਟਾਂ ਗਿਣੀਆਂ ਗਈਆਂ ਤੇ ਜਿੰਨੀਆਂ ਰਹਿ ਗਈਆਂ ਉਹਦੇ ਦੇ ਵਿੱਚ ਇੰਨਾ ਕੁ ਡਿਫਰੈਂਸ ਹੁੰਦਾ ਵੀ ਜੇ ਉਹ ਸਾਰੀਆਂ ਲੂਜ਼ਿੰਗ ਕੈਂਡੀਡੇਟ ਨੂੰ ਵੀ ਪੈ ਜਾਣ ਜਿਹੜੇ ਨਹੀਂ ਕਾਊਂਟ ਹੋਈਆਂ ਤਾਂ ਵੀ ਉਹ ਜਿੱਤ ਨਹੀਂ ਸਕਦਾ ਉਹਦੇ ਕਰਕੇ ਉਹ ਪ੍ਰੋਜੈਕਟ ਕਰ ਦਿੰਦੇ ਆ ਵੀ ਹੁਣ ਇੰਨਾ ਡਿਫਰੈਂਸ ਆ ਕੇ ਇਹ ਓਵਰਕਮ ਨਹੀਂ ਹੋਣਾ ਲੂਜ਼ਿੰਗ ਬੰਦੇ ਤੋਂ ਤੇ ਉਸ ਤੋਂ ਪਹਿਲਾਂ ਉਹ ਕਹਿੰਦੇ ਨੇ ਟੂ ਕਲੋਜ਼ ਟੂ ਕਾਲ ਜਿੰਨੀ ਦੇਰ ਤੱਕ ਉਹਨਾਂ ਨੂੰ ਉਹ ਜਿਹੜਾ ਪੈਨਸਲਵੇਨੀਆ ਦਾ ਸੀਗਾ ਉਹ ਮਤਲਬ ਮੀਡੀਆ ਨੇ ਕੀਤਾ ਸੀ ਪ੍ਰੋਜੈਕਟ ਨੂੰ ਲੱਗਦਾ ਸੀ ਵੀ ਉਦੋਂ 35-40 ਹਜ਼ਾਰ ਵੋਟ ਦੀ ਲੀਡ ਸੀ ਵੀ ਜਿਹੜੀ ਮੇਲ ਇਨ ਬੈਲਟ ਜ਼ਿਆਦਾ ਬਾਈਡਨ ਦੀਆਂ ਆ ਰਹੀਆਂ ਸੀ ਵੀ ਓਵਰਕਮ ਨਹੀਂ ਹੋਣੀ ਟਰੰਪ ਤੋਂ ਇਸੇ ਤਰ੍ਹਾਂ ਹੀ ਐਰੀਜ਼ੋਨਾ ਦਾ ਵੀ ਉਹਨਾਂ ਨੂੰ ਲੱਗਦਾ ਸੀ ਵੀ ਓਵਰਕਮ ਨਹੀਂ ਹੋਏਗਾ ਪਰ ਉਹ ਕਾਫੀ ਦੇਰ ਤੱਕ ਟੂ ਕਲੋਜ਼ ਟੂ ਕਾਲ ਕਹੀ ਗਿਆ ਅਜੇ ਪੈਨਸਲਵੇਨੀਆ ਦਾ ਪਹਿਲਾਂ ਹੋ ਗਿਆ ਸੀ ਡਿਕਲੇਅਰ ਮੀਡੀਆ 'ਚ ਪਰ ਐਰੀਜ਼ੋਨਾ ਤੇ ਜਿਹੜਾ ਹੈਗਾ ਜੋਰਜੀਆ ਇਹ ਤਾਂ ਬਹੁਤ ਲੇਟ ਜਾ ਕੇ ਹੋਇਆ ਇਹ ਤਾਂ ਪਿਛਲੇ ਹਫ਼ਤੇ ਹੀ ਹੋਇਆ ਜੀ ਜੀ ਤੇ ਹੁਣ ਜਿਹੜਾ ਪ੍ਰੋਸੈਸ ਹੈ ਉਹ ਇਹ ਆ ਵੀ ਸਟੇਟਾਂ ਨੇ ਸਰਟੀਫਾਈ ਕਰਤਾ ਕਿਉਂਕਿ ਇਸ ਤਰ੍ਹਾਂ ਹੁੰਦਾ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਸਟੇਟਸ ਹੈਗੀਆਂ ਉਹ ਸਰਟੀਫਾਈ ਕਰਦੀਆਂ ਨੇ ਵੀ ਸਾਡਾ ਕੌਣ ਵਿਨਰ ਆ ਜਿਹਨੂੰ ਉਹ ਵਿਨਰ ਸਰਟੀਫਾਈ ਕਰਦੇ ਆ ਸ਼ਮਿਤਾ ਜੀ ਉਹ ਸਟੇਟ ਦੀਆਂ ਜਿੰਨੀਆਂ ਇਲੈਕਟੋਰਲ ਕਾਲਜ ਦੀਆਂ ਵੋਟਸ ਨੇ ਉਹ ਜਿਹੜੀਆਂ ਵਿਨਰ ਨੂੰ ਮਿਲ ਜਾਂਦੀਆਂ ਨੇ ਜੀ ਕਿਉਂਕਿ ਜ਼ਿਆਦਾ ਸਟੇਟਾਂ 'ਚ ਟੇਕ ਆਲ ਆ ਉਹਦਾ ਮਤਲਬ ਹੈ ਵੀ ਜੇ ਹੁਣ ਪੈਨਸਲਵੇਨੀਆ ਦੀਆਂ 20 ਇਲੈਕਟੋਰਲ ਕਾਲਜ ਦੀਆਂ ਵੋਟਾਂ ਹੈਗੀਆਂ ਉਹ ਜਿਹੜਾ ਜਿੱਤ ਗਿਆ ਉਹਨੂੰ 20 ਦੀਆਂ 20 ਆਪਣੇ ਮਿਲ ਜਾਣੀਆਂ ਦੂਜੇ ਨੂੰ ਨਹੀਂ ਮਿਲਣੀਆਂ ਜੀ ਤੇ ਉਹ ਜਦੋਂ ਸਰਟੀਫਾਈ ਕੀਤਾ ਹੁਣ ਅੱਜ ਖਬਰ ਆਈ ਆ ਕਿ ਪੈਨਸਲਵੇਨੀਆ ਨੇ ਤਾਂ ਨਵਾਡਾ ਨੇ ਸਰਟੀਫਾਈ ਕਰਤਾ ਜੀ ਤੇ ਹੁਣ ਜਿਹੜਾ ਹੈਗਾ ਮਿਸ਼ੀਗਨ ਨੇ ਵੀ ਸਰਟੀਫਾਈ ਕਰ ਦੇਣਾ ਤੇ ਉਹ ਹੁਣ ਵਿਸਕੌਨਸਿਨ 'ਚ ਰੀਕਾਊਂਟ ਹੋ ਰਿਹਾ ਉਹਨੇ ਵੀ 2-4 ਦਿਨ 'ਚ ਕਰਨਾ ਕੋਈ ਰੀਕਾਊਂਟ 'ਚ 5-4 ਮਤਲਬ 500-300 ਵੋਟਾਂ ਤੋਂ ਵੱਧ ਫਰਕ ਨਹੀਂ ਪੈਂਦਾ ਜੀ 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 ਤੇ ਜਿਹੜਾ ਹੈਗਾ ਜੋਰਜੀਆ ਉਹਦੇ ਵਿੱਚ ਵੀ ਰੀਕਾਊਂਟ ਆ ਉਹਦੇ 'ਚ ਵੀ ਮੈਨੂੰ ਲੱਗਦਾ ਵੀ ਹੁਣ ਮਤਲਬ 12,800 ਦੀ ਲੀਡ ਹੈਗੀ ਬਾਈਡਨ ਦੀ ਉਹ ਇਹਨੇ ਇੰਨਾ ਜ਼ਿਆਦਾ ਫਰਕ ਨਹੀਂ ਪੈਣਾ ਉਹ ਵੀ ਇਹ ਸਰਟੀਫਾਈ ਹੋਏਗਾ ਮੇਰੇ ਖਿਆਲ ਆ ਵੀਕ ਜਾਂ ਅਗਲੇ ਵੀਕ ਤੱਕ ਸੋ ਦਸੰਬਰ ਦੇ ਜਿਹੜਾ ਫਸਟ ਵੀਕ ਤੱਕ ਸਰਟੀਫਾਈ ਹੋ ਜਾਣਗੇ ਸੋ ਸਰਟੀਫਾਈ ਦਾ ਮਤਲਬ ਹੈ ਵੀ ਸਟੇਟ ਮੋਹਰ ਲਾ ਦਿੰਦੀ ਆ ਅਫੀਸ਼ੀਅਲ ਕਿ ਸਾਡਾ ਵਿਨਰ ਇਹ ਆ ਜੀ ਤੇ ਜਿਹੜੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਹੈਗੀਆਂ ਉਹ ਵਿਨਰ ਨੂੰ ਦੇ ਦਿੰਦੀ ਆ ਜੀ ਉਦੋਂ ਬਾਅਦ ਕੀ ਹੁੰਦਾ ਸ਼ਮਿਤਾ ਜੀ ਦਸੰਬਰ ਦੇ ਸੈਕੰਡ ਵੀਕ ਦੇ ਵਿੱਚ ਇਲੈਕਟੋਰਲ ਕਾਲਜ ਜਿਹੜੇ ਮੈਂਬਰ ਵਿਨ ਕਰਦੇ ਨੇ ਕੈਂਡੀਡੇਟ ਦੇ ਨਾਲ ਜਦੋਂ ਕੈਂਡੀਡੇਟ ਵਿਨ ਕਰਦਾ ਉਹ ਆਪਣੇ ਆਪ ਹੀ ਕਰ ਜਾਂਦੇ ਨੇ ਜੀ ਉਹਨਾਂ ਦੀ ਕੋਈ ਸੈਪਰੇਟ ਵੋਟਿੰਗ ਨਹੀਂ ਹੁੰਦੀ ਜੀ ਨਾ ਉਹਨਾਂ ਦਾ ਨਾ ਹੀ ਹੁੰਦਾ ਬੈਲਟ ਤੇ
ਤੇ ਉਹ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਜਿੱਤ ਜਾਂਦੇ ਨੇ ਉਹਨਾਂ ਦੀ ਹਰੇਕ ਸਟੇਟ ਦੇ ਜਿਹੜਾ ਕੈਪੀਟਲ ਹੈਗਾ ਉੱਥੇ ਮੀਟਿੰਗ ਹੁੰਦੀ ਆ ਜੀ ਜਿਵੇਂ ਜਿਹੜੇ ਨਿਊਯਾਰਕ ਵਾਲੇ ਆ ਉਹਨਾਂ ਦੀ ਆਲਬਨੀ ਹੋਏਗੀ ਕੈਲੀਫੋਰਨੀਆ ਵਾਲੇ ਸੈਕਰਾਮੈਂਟੋ ਹੋਏਗੀ ਇਸ ਤਰ੍ਹਾਂ ਤੇ ਉਹ ਜਦੋਂ ਉੱਥੇ ਮੀਟਿੰਗ ਹੁੰਦੀ ਆ ਉਹਨਾਂ ਦੀ ਤਾਂ ਉੱਥੇ ਉਹ ਆਪੋ ਆਪਣਾ ਜਿਹੜਾ ਕੈਂਡੀਡੇਟ ਆ ਉਹਦੇ ਫੇਵਰ 'ਚ ਵੋਟ ਪਾਉਂਦੇ ਨੇ ਜਿਹੜੇ ਹੁਣ ਬਾਈਡਨ ਦੇ ਜਿੱਤੇ ਨੇ ਉਹ ਮਤਲਬ ਬਾਈਡਨ ਦੇ ਹੱਕ 'ਚ ਵੋਟ ਪਾਉਣਗੇ ਜਿਹੜੇ ਟਰੰਪ ਵਾਲੇ ਹੈਗੇ ਆ ਉਹ ਟਰੰਪ ਦੇ ਪਾਉਣਗੇ ਉਹਦੇ ਵਿੱਚ ਜਿਹੜੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਜ਼ਿਆਦਾ ਜਿਹਨੂੰ ਮਿਲਣਗੀਆਂ ਜਿਵੇਂ ਉਹ ਕਹਿ ਰਹੇ ਆ ਵੀ ਹੁਣ ਬਾਈਡਨ ਦੀਆਂ 306 ਹੋ ਗਈਆਂ ਜਿਹਨੂੰ 270 ਤੋਂ ਜ਼ਿਆਦਾ ਮਿਲ ਜਾਣਗੀਆਂ ਉਹਨੂੰ ਫਿਰ ਜਿਹੜਾ ਸਪੀਕਰ ਹੈ ਹਾਊਸ ਦਾ ਉਹ ਇਨਵਾਈਟ ਕਰਦਾ ਸਹੁੰ ਚੱਕਣ ਲਈ 20 ਜਨਵਰੀ ਨੂੰ ਜੀ ਉਹ ਸਾਰੀਆਂ ਵੋਟਾਂ ਆਪਣੀਆਂ ਲਿਫਾਫਿਆਂ 'ਚ ਬੰਦ ਕਰਕੇ ਸਪੀਕਰ ਨੂੰ ਭੇਜ ਦਿੰਦੇ ਹਾਊਸ ਦੇ ਨੂੰ ਜੀ ਤੇ ਉਹ ਫਿਰ ਜਿਹੜਾ ਸਪੀਕਰ ਹੈਗਾ ਉਹਨੂੰ ਡਿਕਲੇਅਰ ਕਰਦਾ ਹੈਗਾ ਜਨਵਰੀ ਦੇ ਫਸਟ ਵੀਕ 'ਚ ਜੀ ਕਿ ਇਹ ਹੋ ਗਿਆ ਸੋ ਇਸ ਤਰ੍ਹਾਂ ਜਿਹੜੀਆਂ ਇਲੈਕਟੋਰਲ ਕਾਲਜ ਦੀਆਂ ਮਤਲਬ ਸਾਰੀਆਂ ਵੋਟਾਂ ਨੇ ਉਹ ਡਿਸਾਈਡ ਕਰਦੀਆਂ ਤੇ ਇਲੈਕਟੋਰਲ ਕਾਲਜ ਦੀ ਵੋਟ ਜਿਹੜੀ ਆ ਉਹ ਸਟੇਟ ਦੀ ਪਾਪੂਲਰ ਵੋਟ ਦੇ ਮੁਤਾਬਕ ਗਿਣੀ ਜਾਂਦੀ ਹੈ ਵੀ ਜਿਹੜਾ ਬੰਦਾ ਸਟੇਟ ਜਿੱਤਿਆ ਉਹਨੂੰ ਇਲੈਕਟੋਰਲ ਕਾਲਜ ਜਿੱਤ ਗਿਆ ਜੀ ਇਸ ਤਰ੍ਹਾਂ ਜੀ ਜਸਪ੍ਰੀਤ ਜੀ ਹੁਣ ਇਹ ਤਾਂ ਤੁਸੀਂ ਸਾਨੂੰ ਦੱਸਤਾ ਕਿ ਯੂ ਨੋ ਕਿਸ ਤਰ੍ਹਾਂ ਅਫੀਸ਼ੀਅਲ ਤੌਰ 'ਤੇ ਇਸ ਚੀਜ਼ ਨੂੰ ਸਰਟੀਫਾਈ ਕੀਤਾ ਜਾ ਰਿਹਾ ਇਨ ਵੋਟਾਂ ਨੂੰ ਇਸ ਇਲੈਕਸ਼ਨ ਨੂੰ ਬਟ ਜੋ ਇਸ ਵੇਲੇ ਲੋਸੂਟਸ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਵੱਲੋਂ ਸਟੇਟਾਂ ਵਿੱਚ ਪੈਂਡਿੰਗ ਹਨ ਜਾਂ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਅੱਗੇ ਵਧਾਉਣ ਦੀ ਉਹਨਾਂ ਦਾ ਕੀ ਬਣੂਗਾ ਤੁਹਾਡੇ ਖਿਆਲ 'ਚ ਨਹੀਂ ਉਹ ਲੋ ਸੂਟਾਂ ਦੇ ਵਿੱਚ ਤਾਂ ਪਹਿਲਾਂ ਹੀ ਦਮ ਹੈ ਨਹੀਂ ਸੀ ਜੀ ਕਿਉਂਕਿ ਮਤਲਬ ਕ੍ਰਿਸ ਕ੍ਰਿਸਟੀ ਜਿਹੜੇ ਗਵਰਨਰ ਰਹੇ ਨੇ ਨਿਊ ਜਰਸੀ ਦੇ ਇਹਨਾਂ ਦੇ ਸਲਾਹ ਕਰ ਰਹੇ ਆ ਟਰੰਪ ਦੇ ਪਹਿਲਾਂ ਉਹਨਾਂ ਨੇ ਆ ਸੰਡੇ ਨੂੰ ABC ਨਿਊਜ਼ ਤੇ ਕਿਹਾ ਵੀ ਜਿਹੜਾ ਇਹਨਾਂ ਦੀ ਲੀਗਲ ਟੀਮ ਲੋ ਸੂਟ ਕਰ ਰਹੀ ਹੈ ਜਾਂ ਜੋ ਇਹਨਾਂ ਦਾ ਕੰਡਕਟ ਆ ਇਟ ਇਜ਼ ਅ ਨੈਸ਼ਨਲ ਐਮਬੈਰਸਮੈਂਟ ਤੇ ਇਹ ਜਿਹੜੇ ਹੈਗੇ ਆ ਕੁਛ ਨਹੀਂ ਇਹ 'ਚੋਂ ਮਿਲਣਾ ਇੱਦਾਂ ਹੀ ਹੁਣ ਉਸ ਤੋਂ ਬਾਅਦ ਕੱਲ੍ਹ ਤੇ ਅੱਜ ਮੇਰੇ ਖਿਆਲ 9-10 ਸੈਂਟਰਾਂ ਨੇ ਗੱਲ ਕਿਹਾ ਰਿਪਬਲਿਕਨ ਨੇ ਵੀ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਕਿਸੇ ਵੀ ਕੋਰਟ ਨੇ ਇਹ 'ਚ ਮੈਰਿਟ ਨਹੀਂ ਫਾਈਂਡ ਕੀਤਾ ਖਾਸ ਕਰਕੇ ਸੈਟਰਡੇ ਜਿਹੜੀ ਇਹਨਾਂ ਨੇ ਪੈਨਸਲਵੇਨੀਆ 'ਚ ਕੀਤਾ ਸੀ ਕੇਸ ਉਹ ਜਿਹੜਾ ਜੱਜ ਸੀ ਉਹ ਆਪ ਰਿਪਬਲਿਕਨ ਸੀਗਾ ਉਹ ਕੰਜ਼ਰਵੇਟਿਵ ਆ ਉਹਨੇ ਕਿਹਾ ਵੀ ਅੱਜ ਤੋਂ ਬਾਅਦ ਮੇਰੀ ਕੋਰਟ 'ਚ ਨਹੀਂ ਦੁਬਾਰਾ ਆਉਣਾ ਇਹਨਾਂ ਨੂੰ ਉਹਨੇ ਕਿਹਾ ਵੀ ਕੋਈ ਫਰਾਡ ਦੀ ਕੋਈ ਵਜ੍ਹਾ ਨਹੀਂ ਕੋਈ ਕੁਛ ਨਹੀਂ ਉਹਨੇ ਵਿਦ ਪ੍ਰੈਜੁਡਿਸ ਕੀਤਾ ਡਿਸਮਿਸ ਉਹਨੂੰ ਤੇ ਉਹਨੇ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਇੱਕ ਜਿਹੜਾ ਹੈਗਾ ਇਹ ਕਿਹਾ ਵੀ ਇਹ ਬਿਲਕੁਲ ਗਲਤ ਲਾਅ ਸੂਟ ਹੈ ਕੋਈ ਐਵੀਡੈਂਸ ਨਹੀਂ ਸੋ ਸਾਰੀਆਂ ਹੀ ਜਿੱਥੇ ਜਿੱਥੇ ਵੀ ਇਹਨਾਂ ਨੇ ਕੀਤੇ ਨੇ ਕਿਤੇ ਵੀ ਕੋਈ ਫਰਾਡ ਦੀ ਐਵੀਡੈਂਸ ਨਹੀਂ ਮਿਲੀ ਕਿਸੇ ਥਾਂ ਤੇ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਵੀ ਕਿਸੇ ਨੇ ਵੋਟਾਂ ਉਦਾਂ ਭਗਤਾ ਦੀਆਂ ਜਾਲੀ ਜਾਂ ਕਿਸੇ ਬੰਦੇ ਨੇ ਕਿਹਾ ਹੋਵੇ ਵੀ ਮੈਂ ਵੋਟ ਤਾਂ ਪਾਈ ਹੈਗੀ ਆ ਟਰੰਪ ਨੂੰ ਤੇ ਮੇਰੀ ਪੈ ਗਈ ਬਾਈਡਨ ਨੂੰ ਜਾਂ ਕਿਸੇ ਬੰਦੇ ਨੇ ਕਿਹਾ ਹੋਵੇ ਕਿ ਫਲਾਣੇ ਬੰਦੇ ਦਾ ਜਿਹੜਾ ਸਿਟੀਜ਼ਨ ਹੀ ਹੈ ਨਹੀਂ ਉਹਦੀ ਵੋਟ ਕਿੱਦਾਂ ਪੈ ਗਈ ਇਦਾਂ ਦਾ ਕੁਛ ਨਹੀਂ ਹੈ ਇਹਨਾਂ ਕੋਲ ਜੀ ਸੋ ਜਿਹੜੀਆਂ ਹੁਣ ਹਜ਼ਾਰਾਂ ਮੇਲ ਇਨ ਬੈਲਟਾਂ ਨੇ ਉਹ ਜੱਜ ਨੇ ਕਿਹਾ ਜਿਹੜਾ ਪੈਨਸਲਵੇਨੀਆ ਵਾਲੇ ਸੈਟਰਡੇ ਉਹ ਕਹਿੰਦਾ ਵੀ ਹਜ਼ਾਰਾਂ ਨੂੰ ਕਹਿੰਦੇ ਨਾ ਗਿਣੋ ਉਹ ਤਾਂ ਕਹਿੰਦਾ ਮੈਂ ਇੱਕ ਵੋਟ ਵੀ ਨਹੀਂ ਇਦਾਂ ਦੀ ਹੋ ਸਕਦਾ ਜਿਹਨੂੰ ਨਾ ਗਿਣਾ ਇੱਕ ਵੋਟ ਹੋਵੇ ਉਹ ਵੀ ਗਿਣਨੀ ਪੈਣੀ ਆ ਮੈਨੂੰ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ ਵੀ ਮੈਂ ਇੱਕ ਵੀ ਵੋਟ ਜਿਹੜੀ ਆ ਕੈਨਸਲ ਕਰ ਸਕਾਂ ਕਿਸੇ ਦੀ ਜੇ ਸਹੀ ਪਈ ਹੈ ਜੀ ਜੀ ਤੇ ਉਹ ਹੁਣ ਸਟੇਟਾਂ ਨੇ ਮੇਲ ਕਰਾਈਆਂ ਨੇ ਤੇ ਜਿਹੜੀਆਂ ਹੈਗੀਆਂ ਸਟੇਟਾਂ ਨੇ ਭੇਜੀਆਂ ਮੇਲ ਇਨ ਬੈਲਟ ਲੋਕਾਂ ਨੂੰ ਉਹਨਾਂ ਨੇ ਬਕਾਇਦਾ ਆਪਣੇ ਸਾਈਨ ਕਰਕੇ ਤੇ ਬਕਾਇਦਾ ਉਹਨਾਂ ਨੂੰ ਜਿਹੜਾ ਹੈਗਾ ਉਹ ਪੂਰੇ ਸਹੀ ਤਰੀਕੇ ਨਾਲ ਭੇਜਿਆ ਸਟੇਟਾਂ ਨੇ ਉਹ ਮੈਚ ਕੀਤੇ ਆ ਸਾਰੇ ਐਡਰੈਸ ਜਾਂ ਸਾਈਨ ਤੇ ਉਹ ਜਦੋਂ ਪੈ ਗਈ ਤੇ ਉਹਨੂੰ ਕਹੀ ਜਾਣਾ ਜੀ ਇਹ ਗਲਤ ਆ ਜ਼ਿਆਦਾ ਪ੍ਰੂਫ ਹੋਵੇ ਨਾ ਪ੍ਰੂਫ ਕੋਈ ਹੈ ਨਹੀਂ ਸੀ ਉਹਦੇ ਕਰਕੇ ਇਹਨਾਂ ਦੇ ਸੂਟ ਇੱਕ ਕਰਕੇ ਸਾਰੇ ਜਿਹੜੇ ਹੈਗੇ ਕੇਸ ਉਹ ਡਿਸਮਿਸ ਹੋ ਰਹੇ ਆ ਉਹ ਡਿਸਮਿਸ ਹੋਣ ਕਰਕੇ ਤਾਂ ਫਿਰ ਜਿਹੜੀ ਹੁਣ ਹੈਗੀ ਆ ਵੀ ਉਹ ਸਾਰੇ ਹੀ ਇਹਨਾਂ ਹਿਸਾਬ ਤਾਂ ਇਹ ਆ ਵੀ ਹਰੇਕ ਬੰਦਾ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਈਵਨ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਟਾਈਮ ਵੇਸਟ ਕਰ ਰਿਹਾ ਤਾਂ ਹੀ ਇਸੇ ਕਰਕੇ ਇਹਨਾਂ ਨੇ ਫਿਰ ਕੱਲ੍ਹ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈਗਾ GSA ਦਾ ਉਹਨੇ ਇਹਨਾਂ ਨੂੰ ਇਨਵਾਈਟ ਕਰ ਲਿਆ ਕਿ ਤੁਸੀਂ ਆਓ ਬਾਈਡਨ ਦੀ ਟੀਮ ਨੂੰ ਹਾਂਜੀ ਸ਼ੁਰੂ ਕਰਤੀ ਟ੍ਰਾਂਜੀਸ਼ਨ ਸ਼ੁਰੂ ਕਰਤੀ ਆ ਇਨ ਅਦਰ ਵਰਡਸ ਉਹਦਾ ਸਿੱਧਾ ਮਤਲਬ ਇਹ ਆ ਕਿ ਇਹਨਾਂ ਨੇ ਆਪਣੀ ਹਾਰ ਮੰਨ ਲਈ ਹਾਲਾਂਕਿ ਓਪਨਲੀ ਤਾਂ ਨਹੀਂ ਮੰਨੀ ਕਨਸੀਡ ਕੀਤਾ ਪਰ ਉਹਨਾਂ ਨੇ ਇਹ ਮੰਨ ਲਿਆ ਕਿ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਟ੍ਰਾਂਜੀਸ਼ਨ ਕਰੇਗੀ ਕਿ ਨਵੀਂ ਐਡਮਿਨਿਸਟ੍ਰੇਸ਼ਨ ਆਏਗੀ ਤੇ ਪੁਰਾਣੀ ਐਡਮਿਨਿਸਟ੍ਰੇਸ਼ਨ ਜਾ ਰਹੀ ਹੈ ਜੀ ਦੇ ਹੈਵ ਐਡਮਿਟਡ ਦੈਟ ਜੀ 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 ਆਈ ਥਿੰਕ ਇਹ ਤਾਂ ਪੂਰੇ ਕੰਟਰੀ ਲਈ ਇੱਕ ਆਪਾਂ ਕਹਿ ਸਕਦੇ ਖੁਸ਼ਖਬਰੀ ਹੈਗੀ ਕਿ ਸਮੂਥ ਟ੍ਰਾਂਜੀਸ਼ਨ ਆਫ ਪਾਵਰ ਹੋਏ ਤਾਂ ਕਿ ਡੈਮੋਕ੍ਰੇਸੀ ਇੱਕ ਡੈਮੋਕ੍ਰੇਸੀ ਦੀ ਤਰ੍ਹਾਂ ਚੱਲਦੀ ਰਹੇ ਜਸਪ੍ਰੀਤ ਸਿੰਘ ਜੀ ਥੈਂਕ ਯੂ ਸੋ ਮਚ ਅਟਰਨੀ ਐਟ ਲਾਅ ਜੁਆਇਨਿੰਗ ਅਸ ਫਰੋਮ ਕੈਲੀਫੋਰਨੀਆ ਤੁਹਾਡੀ ਪ੍ਰੈਕਟਿਸ ਦੀ ਸਾਰੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਅਗਰ ਕਿਸੇ ਨੇ ਇਸ ਐਪੀਸੋਡ ਨੂੰ ਮਿਸ ਕਰਤਾ ਅੱਜ ਸ਼ਾਮ 9:30 ਪੈਸੀਫਿਕ 12:00 ਈਸਟਰਨ ਦਾ ਰਿਪੀਟ ਆਊਗਾ ਆਫਕੋਰਸ ਸੋਸ਼ਲ ਮੀਡੀਆ ਤੇ ਵੀ ਤੁਸੀਂ ਇਸ ਐਪੀਸੋਡ ਨੂੰ ਵਾਚ ਕਰ ਸਕਦੇ ਹੋ ਜਸਪ੍ਰੀਤ ਜੀ ਥੈਂਕ ਯੂ ਸੋ ਮਚ ਹੈਵ ਅ ਗੁੱਡ ਰੈਸਟ ਆਫ ਯੂਰ ਵੀਕ ਹੈਪੀ ਥੈਂਕਸਗਿਵਿੰਗ ਸੇਫ ਰਹੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ ਜੀ ਵਿਊਅਰਸ ਲਈ ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕੰਸਰਨਸ ਰੱਖਣਾ ਚਾਹੁੰਦੇ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ